ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਪ੍ਰਸ਼ਾਸਨ ਸੱਦੋ ਸਰਾ ਜੀ, ਅੱਜ ਮੈਂ ਇੰਡੀਆ 'ਚ ਨਹੀਂ ਰਹਿਣਾ, ਮੇਰੀ ਜਾਨ ਨੂੰ ਖਤਰਾ, ਮੇਰੇ ਰੋਜ਼ ਗੱਲ ਪੈਂਦੇ। ਤੇ ਮੈਂ ਟਿਕਟ ਇਹਨੂੰ ਦੇਤੀ, ਇਹ ਕਹਿੰਦਾ ਮੈਂ ਠਹਿਰ ਕੇ ਦਿੰਨਾ, ਬਾਅਦ 'ਚੋਂ ਇਹਨੇ ਪੈਸੇ ਨਹੀਂ ਦਿੱਤੇ ਜੀ ਤੇ ਮੇਰੇ ਗੱਲ ਪੈ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਸ੍ਰੀ ਮੁਕਤਸਰ ਸਾਹਿਬ ਡਿਪੂ ਤੋਂ ਰੋਡਵੇਜ਼ ਦੀ ਲਾਰੀ ਮਲੋਟ ਲਈ ਤਾਂ ਜ਼ਰੂਰ ਨਿਕਲੀ, ਪਰ ਰਸਤੇ ਦੇ ਵਿੱਚ ਹੀ ਅਜਿਹਾ ਡਰਾਮਾ ਹੋਇਆ ਬੱਸ ਦੇ ਵਿੱਚ ਕਿ ਬੱਸ ਡਰਾਈਵਰ ਨੂੰ ਅੱਧੇ ਰਾਹ ਦੇ ਵਿੱਚ ਹੀ ਬੱਸ ਰੋਕ ਕੇ ਪੁਲਿਸ ਨੂੰ ਇਤਲਾਹ ਕਰਨੀ ਪਈ ਤੇ ਪੁਲਿਸ ਦੇ ਦਖਲ ਦੇ ਬਾਅਦ ਹੀ ਇਹ ਸਾਰਾ ਮਾਮਲਾ ਸ਼ਾਂਤ ਕੀਤਾ ਗਿਆ। ਦਰਅਸਲ ਹੋਇਆ ਇੰਜ ਕਿ ਇੱਕ ਅੰਗਹੀਣ ਵਿਅਕਤੀ ਇਸ ਬੱਸ ਦੇ ਵਿੱਚ ਚੜਿਆ, ਜਿਸ ਦੀ ਟਿਕਟ ਨੂੰ ਲੈ ਕੇ ਕੰਡਕਟਰ ਅਤੇ ਉਸ ਵਿਅਕਤੀ ਦੇ ਵਿੱਚ ਹੰਗਾਮਾ ਹੋ ਗਿਆ, ਜਿਸ ਤੋਂ ਬਾਅਦ ਅੰਗਹੀਣ ਵਿਅਕਤੀ ਨੇ ਬੱਸ ਵਿੱਚ ਬੈਠਿਆਂ ਹੀ ਆਪਣੇ ਸਾਰੇ ਕੱਪੜੇ ਪਾੜਨੇ ਸ਼ੁਰੂ ਕਰ ਦਿੱਤੇ ਤੇ ਲੱਗੀ ਹੋਈ ਨਕਲੀ ਲੱਤ ਆਪਣੀ ਉਤਾਰ ਕੇ ਸੜਕ ਉੱਤੇ ਸੁੱਟ ਦਿੱਤੀ, ਜਿਸ ਤੋਂ ਬਾਅਦ ਹਾਰ ਕੇ ਕੰਡਕਟਰ ਨੇ ਆਪਣੀ ਬੱਸ ਰਾਹ ਵਿਚਕਾਰ ਹੀ ਰੋਕ ਕੇ ਨੇੜਲੇ ਪੁਲਿਸ ਚੌਂਕੀ ਨੂੰ ਸੂਚਿਤ ਕੀਤਾ ਅਤੇ ਪੁਲਿਸ ਦੇ ਦਖਲ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ। ਕੰਡਕਟਰ ਦਾ ਦੋਸ਼ ਸੀ ਕਿ ਇਸ ਵਿਅਕਤੀ ਨੇ ਟਿਕਟ ਲੈ ਲਈ ਪਰ ਪੈਸੇ ਨਹੀਂ ਦਿੱਤੇ। ਦੂਸਰੇ ਪਾਸੇ ਅੰਗਹੀਣ ਵਿਅਕਤੀ ਮਲੋਟ ਜਾ ਕੇ ਪੈਸੇ ਦੇਣ ਦੀ ਗੱਲਬਾਤ ਕਹਿ ਰਿਹਾ ਹੈ ਅਤੇ ਇਹ ਦਾਅਵਾ ਕਰ ਰਿਹਾ ਸੀ ਕਿ ਉਸਨੇ ਕੰਡਕਟਰ ਦੀ ਗੱਲਬਾਤ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਦੇ ਨਾਲ ਕਰਵਾਈ ਹੈ। ਇਹ ਮਾਮਲਾ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਤੋਂ ਬਾਅਦ ਸਾਹਮਣੇ ਆਇਆ। ਹੁਣ ਵੇਖਣਾ ਇਹ ਹੋਵੇਗਾ ਕਿ ਆਖਿਰ ਕੌਣ ਸੱਚ ਬੋਲ ਰਿਹਾ ਹੈ ਤੇ ਕੌਣ ਝੂਠ। ਨਹੀਂ ਬਈ, ਮੈਂ ਕਿਹਾ ਵੀ ਪੈਸੇ ਹੁਣੇ ਦੇ ਦੇ, ਟਿਕਟ ਲੈ ਲਾ ਤੇ ਮੈਂ ਟਿਕਟ ਇਹਨੂੰ ਦੇਤੀ, ਇਹ ਕਹਿੰਦਾ ਮੈਂ ਠਹਿਰ ਕੇ ਦਿੰਨਾ, ਬਾਅਦ 'ਚੋਂ ਇਹਨੇ ਪੈਸੇ ਨਹੀਂ ਦਿੱਤੇ ਜੀ ਤੇ ਮੇਰੇ ਗੱਲ ਪੈ ਗਿਆ। ਸਿੱਧਾ ਹੀ ਇਹ ਮੈਨੂੰ ਧੱਕਾ ਮਾਰਿਆ ਇਹਨੇ ਜ਼ੋਰ ਦੀ ਜੀ, ਤੇ ਬਾਅਦ ਮੈਂ ਡਰਾਈਵਰ ਉੱਤਰ ਕੇ ਆਇਆ, ਡਰਾਈਵਰ ਨੇ ਪੁੱਛਿਆ ਵੀ ਕੀ ਗੱਲ ਆ, ਡਰਾਈਵਰ ਦੇ ਵੀ ਇਹ ਗੱਲ ਪੈ ਗਿਆ, ਸਵਾਰੀਆਂ ਤੇ ਸਵਾਰੀਆਂ ਉਹ ਬੜੀਆਂ ਗਵਾਹ ਸਾਡੇ ਜੀ, ਉਹਨਾਂ ਤੋਂ ਇੱਕ ਜਣੇ ਦਾ ਬਿਆਨ ਲੈ ਲਓ ਬੰਦੇ ਦਾ ਤੇ ਤੁਸੀਂ ਪੁੱਛ ਲਓ ਉਹਨਾਂ ਤੋਂ ਜੀ। ਸਵਾਰੀ ਮੁਕਤਸਰ ਡਿਪੂ ਦੀ ਹੈ? ਹਾਂਜੀ, ਗੱਡੀ ਮੁਕਤਸਰ ਡਿਪੂ ਦੀ ਹੈ ਜੀ। ਠੀਕ, ਤੁਹਾਡਾ ਕੀ ਨਾਮ ਹੈ? ਨਾਲੇ ਮੈਨੂੰ ਇਹਨੇ ਗਾਲਾਂ ਕੱਢੀਆਂ ਜੀ ਬਹੁਤ ਬੱਸ 'ਚ ਸ਼ਰੇਆਮ ਜੀ, ਨਾਲੇ ਇਹਨੇ ਸ਼ੀਸ਼ੇ ਭੰਨੇ ਦੋ, ਉਹ ਦੇਖ ਲਓ ਸ਼ੀਸ਼ਿਆਂ ਦੇ ਧੱਕਾ ਮਾਰਿਆ, ਆਹ ਦੇਖ ਲਓ ਜੀ, ਆਪ ਵੀ ਕਹਿ ਰਿਹਾ ਜੀ। ਤੇ ਇਹ ਬੰਦੇ ਨੇ ਸਵਾਰੀਆਂ ਗਵਾਹ ਜੀ, ਸਵਾਰੀਆਂ ਤੋਂ ਪੁੱਛ ਲਓ ਜੀ ਤੁਸੀਂ। ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਮਨਦੀਪ ਹੈ ਜੀ। ਸਰ ਇਹਨੂੰ ਪੁੱਛੋ ਡੀਸੀ ਇਹ ਮੁਕਸਰੋਂ ਚੜੇ ਸੀ? ਹਾਂਜੀ ਹਾਂਜੀ, ਇਹ ਮੁਕਸਰੋਂ ਚੜੇ ਸੀ ਮਲੋਟ ਬਾਈਪਾਸ ਤੇ ਜੀ ਚੌਂਕ। ਗੱਲ ਕਿਹਦੇ ਨਾਲ ਕਰਾਈ ਤੁਹਾਡੀ? ਗੱਲ ਪਤਾ ਨਹੀਂ ਜੀ ਕੌਣ ਸੀ, ਇਹ ਕਹਿ ਰਹੇ ਸੀ ਡੀਐਸਪੀ ਸਾਹਿਬ ਹੈ ਜੀ, ਡੀਸੀ ਸਾਹਿਬ। ਮੈਨੂੰ ਤਾਂ ਪਤਾ ਨਹੀਂ ਕੌਣ ਸੀ ਜੀ, ਪਰ ਡੀਸੀ ਸਾਹਿਬ ਤਾਂ ਲੱਗਦੇ ਨਹੀਂ ਸੀਗੇ, ਪਰ ਇਹ ਕਹਿ ਰਹੇ ਵੀ ਡੀਐਸਪੀ ਸਾਹਿਬ ਨਾਲ ਮੈਂ ਗੱਲ ਕਰਾਈ, ਮੈਂ ਕਰ ਲਈ ਜੀ ਗੱਲ। ਹਾਂਜੀ, ਤੈਨੂੰ ਉਹਨਾਂ ਨੇ ਕੀ ਕਿਹਾ ਵੀ ਬੰਦਾ ਮਰੀਜ਼ ਆ? ਕਿਹਾ ਨਾ ਤੈਨੂੰ ਕਹਿ ਰਹੇ ਬੰਦਾ ਮਰੀਜ਼ ਜੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਫਤਿਹ। ਵੀਰ ਜੀ, ਮੈਂ ਮਨੁੱਖਤਾ ਦੀ ਸੇਵਾ ਤੋਂ ਹਾਂ। ਹਾਂਜੀ, ਹੁਸਨਪੁਰ ਤੋਂ। ਵੀਰ ਜੀ, ਮੈਂ ਇੱਥੇ ਬੱਸ 'ਚ ਬਹਿਣ ਲੱਗਿਆ, ਇਹਦੀ ਡੀਸੀ ਸਾਹਿਬ ਫਰੀਦਕੋਟ ਨਾਲ ਗੱਲ ਕਰਾਈ ਹੈ। ਠੀਕ ਹੈ। ਵੀ ਮੇਰੇ ਕੋਲ ਪੈਸੇ ਹੈ ਨਹੀਂ, ਬੱਸ 'ਚ ਉਤਰਨ ਤੋਂ ਪਹਿਲਾਂ ਤੈਨੂੰ ਕਿਰਾਇਆ ਮਿਲ ਜੂਗਾ, ਟਿਕਟ ਮੇਰੀ ਜੇਬ 'ਚ। ਇਹ ਬੰਦੇ ਮੇਰੇ ਗਲ ਪਏ, ਆਹ ਮੇਰੀ ਲੱਤ ਵੱਢੀ ਹੋਈ ਆ, ਮੇਰੇ ਸੱਟਾਂ ਮਾਰੀਆਂ, ਮੂੰਹ ਕੁੱਟਿਆ, ਡਰਾਈਵਰ ਨੇ ਗਲ ਪਿਆ, ਇੱਕ ਇੱਥੇ ਸਵਾਰੀ ਸੀ ਉਹ, ਇਹ 6 ਜਣੇ ਮੇਰੇ ਗਲ ਪਏ ਆ। ਠੀਕ ਹੈ। ਜਦੋਂ ਡੀਸੀ ਸਾਹਿਬ ਨੇ ਇਹਨਾਂ ਦੀ ਗੱਲ ਕਰਾ ਦਿੱਤੀ ਵੀ ਬੱਸ 'ਚ ਬੈਠਾ ਮੈਂ, ਬੱਸ 'ਚ ਉਤਰਨ ਤੋਂ ਪਹਿਲਾਂ ਤੁਹਾਨੂੰ ਪੈਸੇ ਮਿਲ ਜਾਣਗੇ। ਇਹ ਬੱਸ ਕਿੰਨਾ ਦੀ ਹੈ? ਰੋਡਵੇਜ਼ ਦੀ ਹੈ, ਪੰਜਾਬ ਰੋਡਵੇਜ਼। ਫਿਰ ਡੀਸੀ ਸਾਹਿਬ ਨੇ ਵੀ ਕਿਹਾ, ਉਹ ਕਹਿੰਦਾ ਬੰਦਾ ਹੈਂਡੀਕੈਪ ਆ, ਮਰੀਜ਼ ਆ, ਆਖਾ ਚੱਲਿਆ, ਪੈਸੇ ਮੈਂ ਦੇਊਂਗਾ, ਟਿਕਟ ਦੇ। ਕਿੱਥੇ ਜਾਣਾ ਸੀ ਤੁਸੀਂ? ਮੈਂ ਡੱਬਲ ਚੱਲਿਆ ਗਿਆ। ਕਿੱਥੋਂ ਚੜੇ ਸੀ ਤੁਸੀਂ? ਮੈਂ ਇੱਥੋਂ ਮੁਕਤਸਰ ਤੋਂ ਰਾਸ ਤੋਂ। ਠੀਕ ਹੈ। ਉੱਥੇ ਮੇਰੀ ਅੱਜ ਪੇਛੀ ਹੈ, ਤਰੀਕ ਹੈ ਮੇਰੀ। ਠੀਕ ਹੈ। ਡੀਸੀ ਸਾਹਿਬ ਆਉਂਦੇ ਆ, ਇੱਕ ਕੰਟਰੋਲ ਨੰਬਰ ਮਾੜੇ ਮੋਬਾਈਲ ਦਿਓ, ਮੈਂ ਕੰਟਰੋਲ ਰੂਮ 'ਤੇ ਗੱਲ ਕਰਨੀ ਸੀਗੀ। ਇੱਕ ਮੈਂ ਸਰ ਤੁਹਾਡੇ ਪੱਤਰਕਾਰਾਂ ਨੂੰ ਐਡਾ ਪਲੰਦਾ ਦਿੱਤਾ, 585 ਡਾਕਟਰਾਂ 'ਤੇ ਪਰਚਾ ਕਰਾਇਆ, ਉਹ ਅਜੇ ਤੱਕ ਨਹੀਂ ਆਏ, ਮੇਰੀ ਜਾਨ ਨੂੰ ਖਤਰਾ, ਮੇਰੇ 'ਤੇ ਗਾਰਡ ਲੱਗੀ ਆ, ਇਹ ਮੁਕਤਸਰ ਪੁਲਿਸ ਦੀ ਜ਼ਿੰਮੇਵਾਰੀ ਸੀ ਗਾਰਡ ਭੇਜਣ ਦੀ, ਮੈਨੂੰ 108 'ਤੇ ਲਿਜਾਣਾ ਸੀ, SHO ਦੀ ਗੱਡੀ ਅੱਗੇ ਜਾਣੀ ਸੀ,
ਮੈਨੂੰ ਮੈਂ ਕਿਉਂ ਬੱਸ 'ਤੇ ਚੜਿਆ ਜਦੋਂ ਮੈਨੂੰ ਨਹੀਂ ਸਾਧਨ ਮਿਲਿਆ, ਮੈਂ ਕੋਰਟ 'ਚ ਪਹੁੰਚਣਾ, ਮੈਂ ਲੇਟ ਨਹੀਂ ਹੋਣਾ। ਗੁਰਪਿਆਰੋ, ਸਾਡਾ ਆਪਣਾ ਹੀ ਫਰਜ਼ ਬਣਦਾ ਹੈ ਜੇਕਰ ਕੋਈ ਅੰਗਹੀਣ ਸਾਡੀ ਬੱਸ ਦੇ ਵਿੱਚ ਜਾਂ ਸਾਡੇ ਨਾਲ ਸਫ਼ਰ ਕਰ ਰਿਹਾ ਤਾਂ ਅਸੀਂ ਉਸਦੀ ਜਿੰਨੀ ਕੀ ਹੋ ਸਕੇ ਮਦਦ ਕਰ ਸਕੀਏ, ਕਿਉਂਕਿ ਪਰਮਾਤਮਾ ਸਭ ਕੁਛ ਵੇਖਦਾ ਹੈ। ਤੇ ਉਰੇ ਬੱਸ ਕੰਡਕਟਰ ਨੂੰ ਵੀ ਚਾਹੀਦਾ ਸੀ ਕਿ ਥੋੜੀ ਜਿਹੀ ਦਰਿਆ ਦਿਲੀ ਵਿਖਾਉਂਦਿਆਂ ਹੋਇਆਂ, ਅਗਰ ਉਸ ਕੋਲ ਪੈਸੇ ਨਹੀਂ ਵੀ ਸੀ, ਅੰਗਹੀਣ ਇੰਨਾ ਲਾਚਾਰ ਸੀ, ਤਾਂ ਉਸਨੂੰ ਟਿਕਟ ਨਾ ਕੱਟ ਕੇ ਦਿੱਤੀ ਜਾਂਦੀ। ਅਗਰ ਦੇ ਵੀ ਦਿੱਤੀ ਸੀ ਤੇ ਜੇਕਰ ਉਹ ਅੰਗਹੀਣ ਕਹਿ ਰਿਹਾ ਸੀ ਮਲੋਟ ਜਾ ਕੇ ਪੈਸੇ ਦੇ ਦਿੱਤੇ ਜਾਣਗੇ, ਤਾਂ ਉੱਥੇ ਤੱਕ ਦਾ ਇੰਤਜ਼ਾਰ ਜ਼ਰੂਰ ਕੀਤਾ ਜਾਂਦਾ, ਨਾ ਕਿ ਕਿਸੇ ਅੰਗਹੀਣ ਨੂੰ ਬਿਨਾਂ ਮਤਲਬ ਬੇਵਜ੍ਹਾ ਪਰੇਸ਼ਾਨ ਕੀਤਾ ਜਾਂਦਾ। ਕਿਉਂਕਿ ਜ਼ਿਆਦਾਤਰ ਅੱਜ ਕੱਲ੍ਹ ਮਾਮਲੇ ਅਜਿਹੇ ਸਾਹਮਣੇ ਆਉਂਦੇ ਨੇ ਜਿੱਥੇ ਅਸੀਂ ਆਪਣੇ ਨਿੱਜਾਂ ਵਾਸਤੇ ਆਪਣਾ ਜ਼ਮੀਰ ਮਾਰ ਚੁੱਕੇ ਹਾਂ, ਇਨਸਾਨੀਅਤ ਮੁਕਾ ਚੁੱਕੇ ਹਾਂ, ਤੇ ਇਹ ਮਾਮਲਾ ਵੀ ਕਿਤੇ ਨਾ ਕਿਤੇ ਮਰੀ ਇਨਸਾਨੀਅਤ ਦਾ ਹੀ ਨਜ਼ਰ ਆਉਂਦਾ ਹੈ। ਜਿੱਥੇ ਇੱਕ ਵਿਅਕਤੀ ਅੰਗਹੀਣ ਹੈ ਜੋ ਆਪਣੀ ਟਿਕਟ ਨਹੀਂ ਸੀ ਖਰੀਦ ਸਕਦਾ, ਪਰ ਪੂਰੀ ਬੱਸ ਦੇ ਵਿੱਚੋਂ ਕਿਸੇ ਇੱਕ ਵਿਅਕਤੀ ਨੇ ਇਹ ਗੱਲ ਨਹੀਂ ਕਹੀ ਕਿ ਉਸ ਵਿਅਕਤੀ ਦੀ ਟਿਕਟ ਅਸੀਂ ਦੇ ਦਿੰਦੇ ਹਾਂ, ਪਰ ਤੁਸੀਂ ਇਸ ਨੂੰ ਤੰਗ ਨਾ ਕਰੋ। ਇੱਕ ਵਾਰ ਜੋ ਵੀ ਉਸ ਵਿਅਕਤੀ ਦੇ ਨਾਲ ਸਫ਼ਰ ਕਰ ਰਹੇ ਸੀ, ਆਪਣੇ ਦਿਲ 'ਤੇ ਹੱਥ ਰੱਖ ਕੇ ਇਸ ਬਾਰੇ ਜ਼ਰੂਰ ਸੋਚਿਓ। ਗੁਰਬਾਣੀ ਅਖੰਡ ਬਾਣੀ ਵਾਸਤੇ ਸ਼੍ਰੀ ਮੁਕਤਸਰ ਸਾਹਿਬ ਤੋਂ ਸੋਨੀ ਡੱਲਾ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।